ਧੁੰਦ ਦੇ ਕਾਰਨ ਨਿਤ ਦਿਨ ਹਾਦਸੇ ਵਾਪਰ ਰਹੇ ਨੇ ਤੇ ਇੱਕ ਵਾਰ ਫੇਰ ਸਕੂਲ ਵੈਨ ਅਤੇ ਇੱਕ ਕਾਰ ਦੀ ਟੱਕਰ ਹੋਈ ਹੈ ਤੇ ਧੁੰਦ ਦੀ ਵਜ੍ਹਾ ਦੇ ਕਾਰਨ ਹੀ ਇਹ ਹਾਦਸਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇੱਕ ਬੱਚੇ ਨੂੰ ਚੜਾਉਣ ਦੇ ਲਈ ਸਕੂਲ ਦੀ ਵੈਨ ਖੜੀ ਸੀ ਤੇ ਅਚਾਨਕ ਪਿੱਛੋਂ ਕਾਰ ਆ ਕੇ ਇਸ ਵੈਨ ਦੇ ਵਿੱਚ ਵੱਜਦੀ ਹੈ। ਦੱਸ ਦਈਏ ਕਿ ਕਾਰ ਵਾਲੇ ਦੇ ਮੁਤਾਬਕ ਸਾਹਮਣੇ ਬਾਈਕ ਆ ਰਿਹਾ ਸੀ ਤੇ ਉਸਨੇ ਬ੍ਰੇਕ ਮਾਰ ਦਿੱਤੀ ਜਿਸ ਕਾਰਨ ਗੱਡੀ ਰੁਕਦੇ ਰੁਕਦੇ ਵੈਨ ਦੇ ਵਿੱਚ ਵੱਜੀ ਹੈ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰੀਦਕੋਟ ਦੇ ਕਸਬਾ ਸਾਦਿਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਸਕੂਲ ਵੈਨ ਅਤੇ ਸਵਿਫਟ ਕਾਰ ਦੀ ਟੱਕਰ ਹੋਈ ਹੈ ਤੇ ਸਕੂਲ ਵੈਨ ਦੇ ਵਿੱਚ ਸਵਿਫਟ ਕਾਰ ਪਿੱਛੋਂ ਆ ਕੇ ਵੱਜੀ ਹੈ। ਹਾਲਾਂਕਿ ਕਾਰ ਦਾ ਨੁਕਸਾਨ ਹੋਇਆ ਹੈ ਤੇ ਸਕੂਲ ਵੈਨ ਦੇ ਵਿੱਚ ਜਿਹੜੇ ਬੱਚੇ ਸਵਾਰ ਸੀ ਉਹ ਵਾਲ ਬੱਚੇ ਨੇ। ਸਕੂਲ ਦੀ ਵੈਨ ਜਿਹੜੀ ਆ ਉਹ ਸੜਕ 'ਤੇ ਖੜ੍ਹੀ ਸੀ, ਪਿੱਛੋਂ ਇੱਕ ਗੱਡੀ ਆਉਂਦੀ ਹੈ ਅਤੇ ਟੱਕਰ ਮਾਰ ਦਿੰਦੀ ਹੈ ਅਤੇ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ। ਹਾਲਾਂਕਿ ਸਕੂਲਾਂ ਦੇ ਵਿੱਚ ਛੁੱਟੀਆਂ ਨੇ ਪਰ ਪਲੱਸ 1 ਪਲੱਸ 2 ਦੇ ਸਕੂਲ ਦੇ ਵਿਦਿਆਰਥੀਆਂ ਨੂੰ ਇਹ ਵੈਨ ਲੈ ਕੇ ਜਾ ਰਹੀ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਕੀ ਨਾਮ ਹੈ ਬਾਈ ਤੁਹਾਡਾ? ਗੁਰਦੇਵ। ਤੁਸੀਂ ਵੈਨ ਚਾਲਕ ਹੋ? ਹਾਂਜੀ। ਇਹ ਹਾਦਸਾ ਵਾਪਰਿਆ ਕਿਸ ਤਰ੍ਹਾਂ ਵਾਪਰਿਆ ਜੀ? ਇਹ ਤਾਂ ਬੱਚਾ ਚੜਾਉਣ ਲੱਗਾ ਤੇ ਸਕੂਲਾਂ ਦੇ ਵਿੱਚ ਤਾਂ ਛੁੱਟੀਆਂ ਹੈਗੀਆਂ ਜੀ, 12ਵੀਂ ਵਾਲੀ 11ਵੀਂ ਵਾਲੀ ਚੱਲ, ਪਲੱਸ 1 ਪਲੱਸ 2 ਦੀਆਂ ਕਲਾਸਾਂ ਚੱਲਦੀਆਂ ਪਈਆਂ, ਇਸ ਕਰਕੇ ਜਿਹੜਾ ਹਾਦਸਾ ਵਾਪਰ ਗਿਆ। ਇਹ ਇੱਥੇ ਬੱਚੇ ਚੜਾਉਣ ਆਏ ਸੀ ਤੁਸੀਂ? ਹਾਂਜੀ, ਬੱਚਾ ਚੜਾਉਣ ਆਇਆ ਗੱਡੀ ਤੇ ਗੱਡੀ ਛੜਕਦੇ ਸੀ ਤੇ ਮਗਰੋਂ ਗੱਡੀ ਵੱਜ ਗਈ ਆ ਕੇ। ਗੱਡੀ ਤੇ ਫਿਰ ਬੱਚਾ ਅਗਲੇ ਪਾਸੇ ਲੰਘਿਆ ਸੀ, ਬ੍ਰੇਕਾਂ ਦੇ ਪੈਰ ਕਰਕੇ ਬਚ ਗਿਆ। ਹਾਂ, ਕੋਈ ਚੱਕਰ ਨੀ, ਜੇ ਬ੍ਰੇਕਾਂ ਦੇ ਪੈਰ ਨਾ ਹੁੰਦਾ ਤੇ ਫਿਰ ਸ਼ਾਇਦ ਬੱਚੇ ਤੇ ਵੀ ਚੜ ਸਕਦੀ। ਵੀਰੇ, ਮੈਂ ਇੱਧਰੋਂ ਜੰਡ ਸਾਹਿਬ ਵਾਲੀ ਸਾਈਡ ਤੋਂ ਆਉਂਦਾ ਪਿਆ ਸੀਗਾ ਤੇ ਵੈਨ ਇਹ ਸਕੂਲ ਵਾਲੀ ਖੜੀ ਸੀਗੀ। ਇਹ ਸੜਕ ਦੇ ਉੱਪਰ ਹੀ ਖੜੀ ਸੀਗੀ? ਹਾਂ, ਇਹ ਸੜਕ ਦੇ ਉੱਪਰ ਹੀ ਖੜੀ ਸੀ ਤੇ ਇੱਧਰੋਂ ਅੱਗੋਂ ਮੋਟਰਸਾਈਕਲ ਆਉਂਦਾ ਪਿਆ ਸੀਗਾ। ਉਹਨੂੰ ਦੇਖ ਕੇ ਮੈਂ ਜਾਣ ਚੱਕ ਬ੍ਰੇਕ ਲਾ ਦੇ ਆ ਤੇ ਜਾ ਕੇ ਖੜੀ ਵੈਨ ਦੇ ਵਿੱਚ ਜਾ ਕੇ ਵੱਜੀ। ਸਕੂਲਾਂ 'ਚ ਤਾਂ ਛੁੱਟੀ ਆ, ਫਿਰ ਵੈਨ ਬਾਜ਼ਾਰ ਦੇ ਵਿੱਚ ਕਿਸ ਤਰ੍ਹਾਂ ਆਈ ਪਤਾ ਕੋਈ? ਸਕੂਲ ਵਾਲੀ ਵੈਨ ਪਤਾ ਨਹੀਂ ਬਈ, ਇਹਦੇ ਵਿੱਚ ਸਟੂਡੈਂਟ ਵੀ ਸੀਗੇ। ਅੱਛਾ, 4-5 ਸਟੂਡੈਂਟ ਸੀਗੇ, ਉਹਨਾਂ ਨੂੰ ਲੈ ਗਏ ਆ। ਤੁਹਾਡੇ ਕੋਈ ਸਰਟੀਫਿਕੇਟ ਤੁਹਾਡੇ ਨਾਲ ਵੀ ਸੀ ਕੋਈ? ਹਾਂ, ਮੈਂ ਇਕੱਲਾ ਹੀ ਸੀਗਾ। ਅੱਛਾ, ਸਰਟੀਫਿਕੇਟ ਤੋਂ ਬਚਾਇਆ? ਹਾਂ ਬਚਾਇਆ। ਗੱਡੀ ਦਾ ਤਾਂ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਦੇਖਾਂ? ਬਹੁਤ ਨੁਕਸਾਨ ਹੋ ਗਿਆ।